ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਨਗਰ ਕੌਂਸਲ ਗਰਾਇਆ ਵਿਖੇ ਕੌਂਸਲ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿੱਚ ਸਮੂਹ ਕੌਂਸਲਰ ਹਾਜ਼ਰ ਹੋਏ। ਮੀਟਿੰਗ ਦੌਰਾਨ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਵਿਕਾਸ ਕੰਮਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਲਾਈਟਾਂ ਦੇ ਪ੍ਰਬੰਧ, ਸੀਵਰੇਜ ਦੀਆਂ ਸਮੱਸਿਆਵਾਂ ਅਤੇ ਕੂੜੇ ਕਰਕਟ ਦੇ ਨਿਪਟਾਰੇ ਵਰਗੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ। ਇਸ ਮੌਕੇ ਤੇ ਰਣਧੀਰ ਸਿੰਘ ਈਓ, ਅਜੇਪਾਲ ਵਰਮਾ ਐਸਓ, ਐਮਸੀ ਅੰਜੂ ਅਟਵਾਲ, ਰਵਿੰਦਰਪਾਲ, ਰਿੰਕੂ, ਸੁਖਰਾਜ ਕੌਰ, ਰਿਸ਼ਪਾਲ ਕੌਰ, ਮਨੂ ਜੋਸ਼ੀ, ਜੀਵਨ ਦਾਸ, ਰੋਸ਼ਨ ਲਾਲ, ਜਸਵਿੰਦਰ ਟੰਡਾ ਅਤੇ ਅਨੁਰਾਧਾ ਵੀ ਸ਼ਾਮਲ ਸਨ। ਅੱਜ ਨਗਰ ਕੌਂਸਲ ਗੁਰਿਆਂ ਦੀ ਜਿਹੜੀ ਮੰਥਲੀ ਮੀਟਿੰਗ ਸੀ, ਉਹਦੇ ਵਿੱਚ ਸਾਡੇ ਬਹੁਤ ਹੀ ਕਾਬਲ ਅਫਸਰ ਜਿਹੜੇ ਨਵੇਂ ਸਾਡੇ ਈਓ ਸਾਹਿਬ ਸਰ ਰਣਧੀਰ ਸਿੰਘ ਜੀ ਆਏ ਨੇ। ਸਭ ਤੋਂ ਪਹਿਲਾਂ ਤਾਂ ਮੈਂ ਕੌਂਸਲ ਸਾਥੀਆਂ ਵੱਲੋਂ, ਨਗਰ ਵੱਲੋਂ ਉਹਨਾਂ ਨੂੰ ਜੀਆਂ ਵੀ ਆਖਦਾ ਔਰ ਵਧਾਈ ਦਿੰਦਾ ਸਾਰੇ ਕੌਂਸਲ ਸਾਥੀਆਂ ਨੂੰ ਕਿ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਨੇ ਔਰ ਮੈਨੂੰ ਉਮੀਦ ਹੈ ਕਿ ਜਿਹੜਾ ਸ਼ਹਿਰ ਹੈ ਸਾਡਾ, ਜਿੰਨੀਆਂ ਇਹਦੇ ਵਿੱਚ ਉਮੀਦਾਂ ਆਈਆਂ, ਜਲਦੀ ਤੋਂ ਜਲਦੀ ਅਸੀਂ ਇੱਕ ਦੂਜੇ ਦਾ ਸਹਿਯੋਗ ਕਰਕੇ ਵਧੀਆ ਤਰੀਕੇ ਦੇ ਨਾਲ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਵਾਂਗੇ। ਅੱਜ ਦੀ ਜਿਹੜੀ ਮੰਥਲੀ ਮੀਟਿੰਗ ਸੀ, ਇਹਦੇ ਵਿੱਚ ਜ਼ਿਆਦਾ ਏਜੰਡਾ ਤਾਂ ਜਿਹੜਾ ਉਹ ਆਫਿਸ਼ਲੀ ਕੰਮਾਂ ਦਾ ਸੀਗਾ, ਜਿਹੜਾ ਕਿ ਸਰਬਸੰਮਤੀ ਨਾਲ ਸਾਰੇ ਪਾਸ ਕੀਤੇ ਗਏ ਆ। ਔਰ ਕੱਲ੍ਹ 15 ਅਗਸਤ ਹੈ, ਆਜ਼ਾਦੀ ਦਿਹਾੜਾ ਹੈ। ਆਜ਼ਾਦੀ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਜਾਏਗਾ ਔਰ ਸਾਰਿਆਂ ਨੂੰ ਨਿਮਤ ਸਹਿਤ ਸੱਦਾ ਪੱਤਰ ਦਿੱਤਾ ਜਾਂਦਾ ਆ। ਉਪਰੰਤ ਕੱਲ੍ਹ ਤੋਂ ਬਾਅਦ ਜਿਹੜਾ ਪਰਸੋਂ ਤੋਂ ਜਿਹੜਾ ਸ਼ਹਿਰ ਦਾ ਮਸਲਾ ਇੱਕ ਕੂੜੇ ਦਾ ਆ, ਉਹ ਤਕਰੀਬਨ ਸਾਡਾ ਹੱਲ ਹੋ ਗਿਆ ਆ। ਅਸੀਂ ਪਰਸੋਂ ਤੋਂ ਜਿਹੜਾ ਉਹ ਚਾਲੂ ਕਰ ਦੇਣਾ, ਜਿਹਦੇ ਵਿੱਚ ਕੂੜੇ ਦੀ ਲਿਫਟਿੰਗ ਦੀ ਕੋਈ ਦਿੱਕਤ ਨਹੀਂ ਆਏਗੀ ਔਰ ਸਫਾਈ ਦਾ ਵੀ ਬਹੁਤ ਹੀ ਸਲੀਕੇ ਦੇ ਨਾਲ, ਜਿਹੜਾ ਅੱਜ 1-2 ਘੰਟਾ ਜਿਹੜਾ ਸਫਾਈ ਦੇ ਉੱਤੇ ਜਿਹੜਾ ਸਾਰੇ ਮੈਂਬਰ ਸਾਹਿਬਾਨ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਆ ਔਰ ਮੈਂ ਉਮੀਦ ਕਰਦਾ ਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਇੰਪਲੀਮੈਂਟ ਕਰਕੇ ਸਮੂਹ ਨਗਰ ਵਾਸੀਆਂ ਨੂੰ, ਮੇਰਾ ਖਿਆਲ ਅਗਲੇ ਹਫ਼ਤੇ ਤੋਂ ਬਦਲਾਓ ਜਿਹੜਾ ਆ ਉਹ ਨਜ਼ਰ ਆਉਣ ਲੱਗ ਪਏਗਾ। ਔਰ ਇਹਦੇ ਨਾਲ ਹੀ ਸਾਡੇ ਐਸ ਓ ਸਾਹਿਬ ਵੀ ਬਹੁਤ ਵਧੀਆ ਆਏ ਨੇ ਅਫਸਰ, ਔਰ ਮੈਨੂੰ ਲੱਗਦਾ ਕਿ ਵਰਮਾ ਜੀ ਮਿਹਨਤੀ ਆਏ ਬੰਦੇ ਨੇ ਔਰ ਅਸੀਂ ਸਾਰੇ ਕੌਂਸਲ ਸਾਹਿਬਾਨ ਵੀ ਬੜੇ ਤੱਤਪਰ ਨੇ ਕੰਮ ਦੇ, ਕਿਉਂਕਿ ਪਹਿਲਾਂ ਵੀ ਸਾਨੂੰ 16 ਮਹੀਨਿਆਂ ਦੇ ਵਿੱਚ ਜਿਹੜੇ 4 ਜਾਬਤੇ ਲੱਗ ਗਏ ਔਰ ਤਕਰੀਬਨ ਐਸ ਓ ਸਾਹਿਬਾਨ ਆਪਣੇ ਈ ਓ ਸਾਹਿਬਾਨਾਂ ਦੀ ਬਦਲੀ ਹੁੰਦੀ ਰਹੀ, ਲੇਕਿਨ ਬਹੁਤ ਭਾਗਾਂ ਵਾਲਾ ਇੱਕ ਬਹੁਤ ਵਧੀਆ ਅਫਸਰ ਸਾਡੇ ਕੋਲ ਸੇਵਾ ਲਿਆ ਰਿਹਾ ਆ। ਔਰ ਮੈਂ ਯਕੀਨ ਦਵਾਉਣਾ ਨਗਰ ਵਾਸੀਆਂ ਨੂੰ ਕਿ ਅਸੀਂ ਲਾਜ਼ਮੀ 15 ਦਿਨ ਮਗਰੋਂ ਆਪਣੀ ਮੀਟਿੰਗ ਜਿਹੜੀ ਕਰ ਦਿੱਤੀ ਆ ਔਰ ਜਲਦੀ ਤੋਂ ਜਲਦੀ ਪੂਰੀ ਮਿਹਨਤ ਦੇ ਨਾਲ ਦਿਨਾਂ ਦੇ ਵਿੱਚ ਹੀ ਅਸੀਂ ਜਿਹੜਾ ਨਗਰ ਦਾ ਜਿਹੜਾ ਬਦਲਾਅ ਆ ਉਹ ਤੁਹਾਨੂੰ ਦਿਸੇਗਾ। ਔਰ ਜਿਹਦੇ ਵਿੱਚ ਮਹੱਤਵਪੂਰਨ ਕੰਮ ਜਿਹੜੇ STP ਦਾ ਕੰਮ ਹੈ, ਟ੍ਰੀਟਮੈਂਟ ਪਲਾਂਟ ਦਾ ਕੰਮ ਹੈ ਔਰ ਜਿਹੜੇ ਇੱਦਾਂ ਦੇ ਮੇਨ ਕੰਮ ਹੈ ਉਹ ਵੀ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਉਹ ਵੀ ਟਿਊਬਵੈੱਲਾਂ ਦੇ ਜਿਹੜੇ ਟੈਂਡਰ ਹੋ ਚੁੱਕੇ ਨੇ, ਠੇਕੇਦਾਰ ਜੈਵੀਰ ਕੰਮ ਹੈ, ਬਹੁਤ ਹੀ ਜਲਦੀ ਜਿਹੜਾ ਇੱਧਰ ਪਾਰਕ ਦੇ ਵਿੱਚ ਔਰ ਇੱਧਰ ਜਿਹੜਾ ਪਹਿਲਾ ਸਾਡਾ ਟਿਊਬਵੈੱਲ ਹੈਗਾ
ਟੈਲੀਫੋਨ ਐਕਸਚੇਂਜ ਦੇ ਬੈਕ ਸਾਈਡ ਤੇ ਇਹ ਨਵੇਂ ਦੋਨੋਂ ਟਿਊਬਵੈੱਲ ਜਿਹੜੇ ਲੱਗ ਰਹੇ ਦਿਨਾਂ ਦੇ ਵਿੱਚ, ਔਰ ਪੀਣ ਵਾਲੇ ਪਾਣੀ ਦੀ ਵੀ ਕੋਈ ਸਮੱਸਿਆ ਨਹੀਂ ਰਹੇਗੀ। ਔਰ ਜਿੱਥੇ ਜਿੱਥੇ ਵੀ ਕੋਈ ਵੀ ਜਿਹੜਾ ਚੌਂਕ ਦੇ ਵਿੱਚ ਬਾਥਰੂਮ ਹੈ ਉਹ ਵੀ ਜਲਦੀ, ਕਹਿਣ ਦਾ ਮਤਲਬ ਵਧੀਆ ਜਿਹੜਾ ਹਾਈਟੈਕ ਬਾਥਰੂਮ ਬਣਾ ਕੇ ਦਿੱਤਾ ਜਾਵੇਗਾ। ਔਰ ਮੈਂ ਤਾਂ ਨਗਰ ਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਤੁਹਾਡੇ ਦਾਸ ਹਾਂ, ਔਰ ਤੁਹਾਡੀ ਜਿਹੜੀ ਇੱਕ ਇੱਕ ਮੰਗ ਹੈ ਉਹਨੂੰ ਸਮੇਂ ਸਮੇਂ ਦੇ ਨਾਲ ਜਲਦੀ ਤੋਂ ਜਲਦੀ ਤਤਪਰ ਪੂਰਾ ਕੀਤਾ ਜਾਵੇਗਾ। ਇਹਨਾਂ ਬੇਨਤੀਆਂ ਦਾ ਖਿਰਮਨ ਦਾ ਜਾਚਕ ਹੈ, ਔਰ ਯਕੀਨ ਦਿਵਾਉਣਾ ਕਿ ਸਾਰੇ ਕੌਂਸਲ ਸਾਥੀ ਔਰ ਸਾਰਾ ਸਟਾਫ ਜਿਹੜਾ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਜਲਦੀ ਤੁਹਾਨੂੰ ਜਿਹੜਾ ਬਣਾ ਕੇ ਦੇਵੇਗਾ। ਧੰਨਵਾਦ, ਜੈ ਹਿੰਦ। ਉਹਦੇ ਲਈ ਅਸੀਂ ਅੱਜ ਵੀ ਮਤਾ ਜਿਹੜਾ ਪਾਇਆ ਸੀਗਾ, ਲੇਕਿਨ ਇੱਕ ਚਿੱਠੀ ਸਾਨੂੰ ਅੱਜ ਮਿਲੀ ਨਹੀਂ ਹੈ। ਤਕਰੀਬਨ ਜਿਹੜਾ ਜਿਹੜੇ ਸਾਡੇ ਸੀਵਰੇਜ ਦੇ ਪਾਈਪ ਹੈ ਉਹ ਜੜਿਆਲਾ ਜਿਹੜਾ ਕਰੋਸ ਕਰ ਚੁੱਕੇ ਆ, ਔਰ ਜਿਹੜਾ ਸਾਡੀ ਜਗ੍ਹਾ ਦੀ ਪ੍ਰੋਬਲਮ ਸੀ ਉਹ ਸਾਡੀ ਹੱਲ ਹੋ ਚੁੱਕੀ ਆ। ਐਸ ਟੀ ਪੀ ਲਈ ਜਿਹੜੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਈ ਜਿਹੜੀ ਜਗ੍ਹਾ ਚਾਹੀਦੀ ਸੀ, ਔਰ ਮੈਂ ਸਮਝਦਾ ਕਿ ਜਿਹੜੀ ਅਗਲੀ ਮੀਟਿੰਗ ਅਸੀਂ ਰੱਖਣੀ ਅਗਲੇ ਹਫ਼ਤੇ ਜਾਂ ਵਿਦ ਇਨ 10 ਡੇਜ਼, ਉਹਦੇ ਵਿੱਚ ਜਿਹੜੀ ਸਾਰੀ ਤੁਹਾਨੂੰ ਕਲੀਅਰ ਕਰ ਦਾਂਗੇ। ਜਗ੍ਹਾ ਵੀ ਸਾਨੂੰ ਮਿਲ ਗਈ ਆ, ਔਰ ਜਲਦੀ ਤੋਂ ਜਲਦੀ ਪਹਿਲ ਦੇ ਆਧਾਰ ਤੇ ਸੀਵਰੇਜ ਦਾ ਕੰਮ ਜਿਹੜਾ ਸਟਾਰਟ ਕਰਕੇ ਦੇਵਾਂਗੇ। ਜਿਹੜਾ ਕੂੜੇ ਦੇ ਡੰਪ ਦਾ ਟੈਂਡਰ ਤਾਂ ਮਾਰਚ ਦਾ ਹੋਇਆ ਜੀ, ਪੇਮੈਂਟ ਵੀ ਚਲੇ ਗਈ ਆ, 6 ਮਹੀਨੇ ਹੋਏ ਜੀ ਉਹ ਪੇਮੈਂਟ। ਵੈਸੇ ਉਹਦੇ ਵਿੱਚ ਕੁਛ ਸੰਸਥਾ ਦੀ ਥੋੜ੍ਹੀ ਪ੍ਰੋਬਲਮ ਸੀਗੀ, ਉਹ ਸੋਰਟ ਆਊਟ ਹੋ ਗਈ ਆ, ਔਰ ਪਰਸੋਂ ਤੋਂ ਜਿਹੜਾ ਸਾਡਾ ਦੂਸਰਾ ਜਿਹੜਾ ਡੰਪ ਹੈ ਉਹ ਚਾਲੂ ਹੋ ਜਾਊਗਾ, ਕੋਈ ਉਹਦੇ ਵਿੱਚ ਦਿੱਕਤ ਵਾਲੀ ਗੱਲ ਨਹੀਂ ਹੈ। ਅਤੇ ਜਿਹੜੇ ਈ ਓ ਸਾਹਿਬ ਦੇ ਬਦਲੀਆਂ ਹੋਈਆਂ ਕਿੰਨੇ ਦੇਰ ਬਾਅਦ, ਮੀਟਿੰਗ ਲੇਟ ਹੋਣ ਦਾ ਕਾਰਨ ਕੀ ਰਿਹਾ ਜੀ? ਇਹ ਥੋੜ੍ਹਾ ਜਿਹਾ ਇੱਦਾਂ ਹੋ ਜਾਂਦਾ, ਜਿੱਦਾਂ ਇਹ ਇੱਦਾਂ ਨਹੀਂ ਹੈ ਵੀ ਜਦੋਂ 41 ਈ ਓ ਬਦਲੀ ਆ ਤਾਂ ਸਰਕਾਰ ਪੱਧਰ ਦਾ ਕੰਮ ਹੈਗਾ ਆ, ਅਤੇ ਉਹਦੇ ਵਿੱਚ ਜਿੱਦਾਂ ਪਹਿਲਾਂ ਏਜੰਡਾ ਟਾਈਪ ਸੀ, ਜਦੋਂ ਨਵੇਂ ਅਫਸਰ ਸਵਾਨ ਆਉਂਦੇ ਆ ਹਰੇਕ ਬੰਦਾ ਚਾਹੁੰਦਾ ਕਿ ਮੈਂ ਪਹਿਲਾਂ ਫੋਕਾ ਜਿਹੜਾ ਸਾਰਾ ਸ਼ਹਿਰ ਨੂੰ ਜਿਹੜਾ ਵਾਚ ਕਰ ਲਵਾਂ, ਉਹਦੇ ਮੁਤਾਬਕ ਜਿਹੜੇ ਕੰਮ ਪਾਏ ਜਾਣ ਉਸ ਮੁਤਲਕ ਹੋ ਗਿਆ। ਲੇਕਿਨ ਮੈਂ ਸਮਝਦਾ ਕਿ ਜਿਹੜੀਆਂ ਸਾਡੀਆਂ ਪਿਛਲੀਆਂ 14-15 ਮੀਟਿੰਗਾਂ ਬੜੀਆਂ ਟਾਈਮਲੀ ਹੋਈਆਂ ਆ, ਔਰ ਗਾਂਹ ਅਸੀਂ 1 ਮਹੀਨੇ 'ਚ 1 ਨਹੀਂ 2 ਮੀਟਿੰਗਾਂ ਰਹਿਣੀਆਂ ਉਹ ਜ਼ਰੂਰੀ ਜਿਹੜੀਆਂ ਕਰ ਦਿੱਤੀਆਂ ਆ, ਔਰ ਕਰਿਆ ਕਰਾਂਗੇ। ਸਰ ਲਾਈਟਾਂ ਦਾ ਬਹੁਤ ਬੁਰਾ ਹਾਲ ਹੈ, ਲਾਈਟਾਂ ਦੇ ਵਿੱਚ ਵੀ ਅਸੀਂ ਕਮੇਟੀ ਜਿਹੜੀ ਅੱਜ ਬਣਾਈ ਆ ਉਹਨੂੰ ਜਿਹੜਾ ਸਮਾਨ ਜਿਹੜਾ ਲਾਈਟਾਂ ਦਾ ਲੈ ਕੇ ਆ ਰਿਹਾ। ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਸਰਕਾਰ ਨੇ ਆਪਣੇ ਪੱਧਰ 'ਤੇ ਇੱਕ ਟੈਂਡਰਿੰਗ ਕਰਵਾਈ ਆ ਜਿਹਦੇ ਵਿੱਚ ਕਿ ਸਰਕਾਰ ਆਪਣੇ ਪੱਧਰ 'ਤੇ ਸਾਰੀ ਜਿਹੜੀ LED ਲਾਈਟ ਜਿਹੜੀ ਚੇਂਜ ਕਰਕੇ ਸਾਨੂੰ ਲਾ ਕੇ ਦੇ ਰਹੀ ਆ, ਔਰ ਜਿਹਦੀ ਕਿ ਸਾਂਭ ਸੰਭਾਲ ਵੀ ਜਿਹੜਾ ਉਸੇ ਕੰਪਨੀ ਦੁਆਰਾ ਕੀਤਾ ਜਾਊਗਾ, ਔਰ ਉਹਦੇ ਕਰਕੇ ਜਿਹੜਾ ਅਸੀਂ ਥੋੜ੍ਹਾ ਜਿਹਾ ਢਿੱਲੇ ਸੀਗੇ ਵੀ ਚਲੋ ਅਸੀਂ ਆਪਣਾ ਨਾਂ ਯੂਟੀਲਾਈਜ਼ ਪੈਸਾ ਜ਼ਿਆਦਾ ਕਰੀਏ, ਕਿਉਂਕਿ ਸਰਕਾਰ ਵੱਲੋਂ ਟ੍ਰੇਨਿੰਗ ਹੋ ਚੁੱਕੀ ਆ, ਉਹਦੇ ਲਈ ਵੀ ਅਸੀਂ ਸੋਮਵਾਰ ਨੂੰ ਜਿਹੜਾ ਡੇ ਆਫਟਰ ਟਮਾਰੋ ਉਹਦਾ ਦੇਖਾਂਗੇ ਸਾਰਾ ਵੀ ਕਿਹੜੇ ਕੰਪਨੀ ਹੈਗੀ ਆ, ਉਹਨਾਂ ਕੰਟੈਕਟ ਕਰਕੇ ਜਲਦੀ ਇਹਨੂੰ LED ਦੇ ਵਿੱਚ ਚੇਂਜ ਕਰਵਾਇਆ ਜਾਏਗਾ। ਠੀਕ ਹੈ, ਥੈਂਕ ਯੂ।